ਤੇ ਮੈਨੂੰ ਪਾਕਿਸਤਾਨ 'ਚ ਜਿਹੜੇ ਪੁਰਾਤਨ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਉਹ ਲੱਭਣ ਦਾ ਔਰ ਡਾਕੂਮੈਂਟ ਕਰਨ ਦਾ ਔਰ ਉਹਨਾਂ ਦੀ ਹਿਸਟੋਰੀਸਿਟੀ ਲੱਭਣ ਦਾ ਸ਼ੌਂਕ ਹੈ ਜਿਹਦੇ ਲਈ ਅਬਾਊਟ 12-13 ਸਾਲ ਤੋਂ ਕੰਮ ਕਰ ਰਿਹਾ। ਮੇਰੀ ਪਹਿਲੀ ਵਿਜ਼ਿਟ ਪਾਕਿਸਤਾਨ 2008 'ਚ ਸੀ। ਮੇਰਾ ਮਿਸ਼ਨ ਇਹ ਹੈਗਾ ਕਿ ਜਿਹੜੇ ਇੱਧਰ ਦੇ ਹਿਸਟੋਰੀਅਨ ਹੈ ਔਰ ਇੰਡੀਆ ਦੇ ਹਿਸਟੋਰੀਅਨ ਨੇ ਉਹਨਾਂ ਨੂੰ ਆਪਸ ਵਿੱਚ ਜਿਹੜੇ ਟੈਕਸਟ ਬੁੱਕਸ ਹੈਗੀਆਂ ਥੋੜ੍ਹਾ ਜਿਹਾ ਉਹਨੂੰ ਇਸ ਤਰ੍ਹਾਂ ਦਾ ਫਿਊਚਰ ਜਨਰੇਸ਼ਨ ਲਈ ਲਿਖਿਆ ਜਾਵੇ ਕਿ ਉਹ ਪਿਆਰ ਦੀ ਬੋਲੀ ਬੋਲਣ, ਕਿਉਂਕਿ ਕੁਛ ਅਲਫਾਜ਼, ਕੁਛ ਲਾਈਨਾਂ ਹਿਸਟਰੀ ਟੈਕਸਟ ਇਹੋ ਜਿਹੀਆਂ ਹੈਗੀਆਂ ਉਹ ਅੱਗੇ ਜਨਰੇਸ਼ਨ ਨੂੰ ਸਹੀ ਮੈਸੇਜ ਨਹੀਂ ਦੇ ਰਹੀਆਂ। ਸੋ ਮਾਈ ਫੋਕਸ ਕਿ ਉਹਨਾਂ ਨੂੰ ਦੋਨੋਂ ਦੇਸ਼ ਦੇ ਕੰਟਰੀਜ਼ ਦੇ ਐਕੇਡੈਮਿਕ ਪ੍ਰੋਫੈਸਰ ਟੀਚਰ ਹੈਗੇ ਉਹਨਾਂ ਨੂੰ ਪਿਆਰ ਮੁਹੱਬਤ ਦੇ ਨਾਲ ਇੱਕ ਦੂਸਰੇ ਦੇ ਨਾਲ ਕਰਕੇ, ਤਾਂ ਕਿ ਜਿਹੜਾ ਟੂਰਿਸਟ ਆਉਂਦਾ ਹੈ ਬਾਹਰੋਂ, ਵਿਦੇਸ਼ ਤੋਂ ਕੋਈ ਵੀ ਟੂਰਿਸਟ ਆਉਂਦਾ ਹੈ, ਉਹ ਫਿਊਚਰ ਜਨਰੇਸ਼ਨ 'ਚ ਵੀ ਕਾਇਮ ਰਹੇ। ਆਹ ਇਸ ਜਨਰੇਸ਼ਨ 'ਚ ਤਾਂ ਆਪਾਂ ਸਭ ਬਹੁਤ ਪਿਆਰ ਕਰਦੇ ਹਾਂ, ਇੰਡੀਆ ਪਾਕਿਸਤਾਨ ਮੁਹੱਬਤ ਪੁਰਾਣੀਆਂ ਉਹ ਮਿਲੀਆਂ ਹੋਈਆਂ ਨੇ ਸਾਂਝਾਂ, ਬਹੁਤ ਲੋਕ ਰੋਡ 'ਤੇ ਨਿਕਲਣ ਨਹੀਂ ਦਿੰਦੇ। ਪਰ ਜਿਹੜੀ ਆਪਣੀ ਅੱਗੇ ਜਨਰੇਸ਼ਨ ਆਉਣ ਵਾਲੀਆਂ ਹੈਗੀਆਂ, ਸਾਰੇ ਬੱਚੇ ਅੱਜ ਕੱਲ੍ਹ ਫੋਨ 'ਤੇ ਨੇ, ਹੋਰ ਹੀ ਹੋਰ ਸਟਾਈਲ ਹੈ, ਬਹੁਤ ਚੇਂਜ ਹੋ ਗਿਆ। ਇੰਡੀਆ 'ਚ ਵੀ, ਪਾਕਿਸਤਾਨ 'ਚ ਵੀ, ਅਮਰੀਕਾ 'ਚ ਵੀ, ਅਗਲੇ ਬੱਚਿਆਂ ਦੇ ਸਾਰਾ ਦਿਨ ਫੋਨ ਦੇ ਨਾਲ ਉਹਨਾਂ ਦਾ ਸਟਾਈਲ ਹੋਰ ਬਣ ਗਿਆ। ਉਹਨਾਂ ਨੂੰ ਆਪਾਂ ਕਿੱਦਾਂ ਕੇਟਰ ਕਰਨਾ ਤਾਂ ਕਿ ਇਹ ਮਿਊਚੁਅਲ ਪਿਆਰ ਬਣਿਆ ਰਹੇ, ਟੂਰਿਜ਼ਮ ਬਣਿਆ ਰਹੇ, ਇੱਕ ਦੂਜੇ ਦੀ ਹਿਸਟਰੀ ਆਪਾਂ ਰਿਸਪੈਕਟ ਨਾਲ ਪੜ੍ਹਦੇ ਰਹੀਏ, ਉਹ ਮੇਰਾ ਗੋਲ ਹੈ, ਲੌਂਗ ਟਰਮ ਦਾ ਮੇਰਾ ਉਹ ਵਿਜ਼ਨ ਹੈਗਾ। ਸਾਰਿਆਂ ਨੇ ਆਪਣੇ ਆਪਣੇ ਇੰਟਰਵਿਊ ਦੇ ਦਿਓ ਪਹਿਲਾਂ। ਤੁਹਾਡੀ ਗੱਲ ਅਸੀਂ ਕਰਾ ਕੇ ਬੈਠੇ ਹਾਂ ਸਾਰੇ, ਠੀਕ ਹੈ, ਤੁਸੀਂ ਕਰਾ ਕੇ ਬੈਠੇ, ਠੀਕ ਹੈ, ਅਸੀਂ ਕਰਵਾ ਲਿਆ, ਓਕੇ, ਠੀਕ ਹੈ। ਸੋ ਇਸ ਕਿਤਾਬ ਦੇ ਵਿੱਚ ਮੈਂ ਜਿਹੜੀ ਹੁਣ ਫਸਟ ਪਹਿਲਾਂ ਸਾਰਿਆਂ ਦੀ ਇੰਟਰਵਿਊ ਕਰਨੀ, ਸਮਾਰ ਜੀ ਆਪਣੀ ਤੁਸੀਂ ਦੱਸ ਦਿਓ, ਮੈਂ ਤਾਂ ਕਰ ਦੇਣਾ, ਮੈਂ ਤਾਂ ਤੁਸੀਂ ਕਰ ਲਈ ਤਾਂ ਫਿਰ ਮੈਂ ਤਾਂ ਬੋਲਦਾ। ਰੱਬ ਨਵਾਜ਼ ਮੇਰਾ ਨਾਂ ਹੈ ਔਰ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਤੋਂ ਮੈਂ BS ਆਨਰਸ ਕੀਤਾ ਹੈ ਜੋਗ੍ਰਾਫੀ ਦੇ ਵਿੱਚ ਔਰ ਉੱਥੋਂ ਮੈਂ ਗੋਲਡ ਮੈਡਲਿਸਟ ਹਾਂ, ਟੋਪਰ ਸੀ ਆਪਣੇ ਬੈਚ ਦਾ ਔਰ ਰੀਸੈਂਟਲੀ ਮੈਂ ਪੰਜਾਬ ਗਵਰਨਮੈਂਟ ਦੇ ਨਾਲ ਐਜ਼ ਅਸਿਸਟੈਂਟ ਕਮਿਸ਼ਨਰ ਫੈਸਲਾਬਾਦ ਆਪਣੇ ਫੈਸਲ ਅੰਜਾਮ ਦੇ ਰਿਹਾ ਅਤੇ ਮੈਂ ਆਪਣੀ ਇੱਕ ਜੋਗ੍ਰਾਫੀ ਦੀ ਕਿਤਾਬ ਫੰਡਾਮੈਂਟਲਸ ਆਫ ਜੋਗ੍ਰਾਫੀ ਦੇ ਨਾਂ ਤੋਂ ਪਬਲਿਸ਼ ਕੀਤੀ ਹੈ ਜਿਹਦਾ ਕਿ ਸੈਕਿੰਡ ਐਡੀਸ਼ਨ ਮਾਰਕੀਟ 'ਚ ਹੈ। ਸਲਾਮ ਅਲੈਕੁਮ ਜੀ, ਇਮਰਾਨ ਮਿਰਜ਼ਾ ਨਾਂ ਹੈ ਜੀ, ਤੁਹਾਡੇ ਦੀਦਾਰ ਵਾਸਤੇ ਇੱਥੇ ਆਏ ਹਾਂ, ਬੜੀ ਮਿਹਰਬਾਨੀ। ਜਹਾਂਗੀਰ ਇਸਾਰ ਨਾਮ ਹੈ, ਤਾਲੀਮੀ ਇਦਾਰੇ ਸੇ ਵਾਬਸਤਾ ਹੂੰ, ਅਵਾਰਾਗਰਦੀ ਕਾ ਸ਼ੌਕ ਹੈ, ਕ੍ਰਿਕਟਰ ਹੂੰ, ਸ਼ਾਇਰ ਹੂੰ। ਹਸਨ ਅਬਾਸ ਨਾਮ ਹੈ, ਮੈਂ ਅਲੀ ਸਾਹਿਬ ਕੋ ਅਸਿਸਟ ਕਰ ਰਹਾ ਹੂੰ ਰਹਿਲਾ ਇੰਟਰਨੈਸ਼ਨਲ ਮੈਂ ਔਰ ਮੈਨੇ ਮਾਸਟਰਸ ਕੀਆ ਹੋਇਆ ਅਕਾਊਂਟਸ ਐਂਡ ਫਾਈਨਾਂਸ ਮੈਂ। ਮੇਰਾ ਨਾਂ ਜੀ ਜਾਨਦੇਵ ਤਰੀਨ ਹੈ ਅਤੇ ਮੈਂ ਗੌਰਮੈਂਟ ਆਫਿਸਰ ਹਾਂ, PMS ਆਫਿਸਰ ਇਨ ਪੰਜਾਬ, ਅਤੇ ਦਲਵੀਰ ਸਿੰਘ ਸਾਹਿਬ ਨਾਲ ਨਨਕਾਣਾ ਮੁਲਾਕਾਤ ਹੋਈ ਸੀ ਅਤੇ ਅਲੀ ਦਾਦਾ ਸਾਹਿਬ ਨੇ ਬੜਾ ਜ਼ਿਕਰ ਕੀਤਾ ਸੀ ਅਤੇ ਅੱਜ ਵੈਲਕਮ ਕਹਿੰਦੇ ਆ ਇਹਨਾਂ ਨੂੰ ਅਤੇ ਬੜੀ ਖੁਸ਼ੀ ਹੋਈ ਕਿ ਉਹ ਹੈਰੀਟੇਜ 'ਤੇ ਕੰਮ ਕਰ ਰਹੇ ਨੇ ਅਤੇ ਆਉਣ ਵਾਲੀ ਜਨਰੇਸ਼ਨ 'ਤੇ ਬੜਾ ਬੈਨੀਫਿਸ਼ਲ ਹੋਏਗਾ। ਥੈਂਕ ਯੂ ਜੀ। ਅਸਲਾਮ ਅਲੈਕੁਮ, ਮੇਰਾ ਨਾਮ ਨਾਸਰ ਮਹਿਮੂਦ ਹੈ ਜੀ ਅਤੇ ਅਸੀਂ ਸਕੂਲਾਂ ਦੇ ਕਾਲਜਾਂ ਦੇ ਟ੍ਰਿਪ ਵਗੈਰਾ ਮੈਨੇਜ ਕਰ ਰਹੇ ਹਾਂ ਲਾਹੌਰ ਸ਼ਹਿਰ ਅਤੇ ਲਾਹੌਰ ਤੋਂ ਬਾਹਰ। ਆਪਣਾ ਸ਼ੁਕਰੀਆ। ਅਸਲਾਮ ਅਲੈਕੁਮ ਜੀ, ਮੇਰਾ ਨਾਮ ਉਸਮਾਨ ਗਨੀ ਆ ਔਰ ਮੈਂ ਕੋਈ 15-16 ਮੁਲਕ ਟਰੈਵਲ ਕੀਤੇ ਨੇ ਪਹਿਲੇ ਅਤੇ ਮੈਂ ਇੱਕ ਚੀਜ਼ ਨੋਟਿਸ ਕੀਤੀ ਆਪਣੀ ਟਰੈਵਲਿੰਗ ਦੇ ਦੌਰਾਨ ਕਿ ਕੁਛ ਲੋਕ ਪਾਕਿਸਤਾਨੀਆਂ ਦੇ ਮੁਤਲਕ ਇਨਸਿਕਿਓਰ ਫੀਲ ਕਰਦੇ ਸੀਗੇ ਕਿ ਇਹਨਾਂ ਦੇ ਨਾਲ ਦੋਸਤੀ ਯਾਰੀ ਨਹੀਂ ਕਰ ਸਕਦੇ, ਇਹਨਾਂ ਦੇ ਮੁਲਕ 'ਚ ਨਹੀਂ ਜਾ ਸਕਦੇ। ਅਤੇ ਇੱਕ ਛੋਟੀ ਜਿਹੀ ਮੈਂ ਸਟੋਰੀ ਵੀ ਸ਼ੇਅਰ ਕਰਾਂਗਾ, ਮੈਂ ਹੁਣ ਇੱਥੇ ਟੂਰਿਸਟ ਨੂੰ ਫੈਸੀਲੀਟੇਟ ਕਰਨਾ ਵਾ ਲਾਹੌਰ ਵਿੱਚ ਨਾ, ਅਤੇ ਮੇਰੇ ਬਹੁਤ ਪਹਿਲੇ ਸ਼ੁਰੂ ਦੇ ਜਿਹੜੇ ਗੈਸਟ ਸੀ ਨਾ ਉਹਨਾਂ 'ਚੋਂ ਇੱਕ ਸਰਦਾਰ ਜੀ ਸੀਗੇ ਅਤੇ ਉਹ ਬੜੇ ਡਰੇ ਡਰੇ ਆਏ ਸੀ ਲਾਹੌਰ ਕਿ ਪਤਾ ਨਹੀਂ ਇੱਥੇ ਸਾਡੇ ਨਾਲ ਕੀ ਸਲੂਕ ਹੋਏਗਾ। ਲੇਕਿਨ ਜਦੋਂ ਮੈਂ ਉਹਨਾਂ ਨੂੰ ਏਅਰਪੋਰਟ ਛੱਡਣ ਗਿਆ ਵਾਪਸੀ ਵਾਸਤੇ ਅਤੇ ਉਹ ਰੋਂਦੇ ਹੋ ਗਏ ਕਿ ਇੰਨੀ ਮੁਹੱਬਤ ਮਿਲੀ ਇੱਥੇ ਸਾਡੇ ਦੋਸਤਾਂ ਦੇ ਵਿੱਚ, ਉਹ ਜਦੋਂ ਬੈਠਦੇ ਸੀਗੇ ਅਤੇ ਹਰ ਰੋਜ਼ ਲੜਾਈ ਹੁੰਦੀ ਸੀਗੀ ਕਿ ਅੱਜ ਇਹਨੂੰ ਮੈਂ ਆਪਣੇ ਘਰ ਲੈ ਕੇ ਜਾਣਾ, ਅਤੇ ਉਹ ਜਦੋਂ ਏਅਰਪੋਰਟ 'ਤੇ ਜਾ ਰਹੇ ਸੀ ਤਾਂ ਉਹ ਕਹਿੰਦੇ ਨੇ ਸਾਨੂੰ ਲੋਕਾਂ ਨੇ ਬੜਾ ਡਰਾ ਕੇ ਘੱਲਿਆ ਸੀ ਕਿ ਪਾਕਿਸਤਾਨੀ ਪਤਾ ਨਹੀਂ ਗੈਰ ਮੁਸਲਮਾਨ ਨਾਲ ਕੀ ਸਲੂਕ ਕਰਦੇ ਨੇ, ਲੇਕਿਨ ਸਾਡੇ ਨਾਲ ਬਿਲਕੁਲ ਉਲਟ ਸਲੂਕ ਹੋਇਆ, ਪਿਆਰ ਮੁਹੱਬਤ ਮਿਲਿਆ ਕਿਉਂਕਿ ਅਸੀਂ ਇੱਕੋ ਹੀ ਹੈਗੇ ਹਾਂ ਅਸਲ 'ਚ। ਅਤੇ ਮੈਂ ਉਦੋਂ ਉਸ ਤੋਂ ਬਾਅਦ ਸੋਚਿਆ ਕਿ ਮੈਂ ਅਸਾਂ
ਟੂਰਿਸਟ ਨੂੰ ਹਰ ਤਰ੍ਹਾਂ ਫੈਸਿਲੀਟੇਟ ਕਰਨਾ ਚਾਹੀਦਾ ਅਤੇ ਉਹਨਾਂ ਵਾਸਤੇ ਆਸਾਨੀ ਲੈਟਰ ਆਫ ਇਨਵੀਟੇਸ਼ਨ ਤੋਂ ਲੈ ਕੇ ਹੋਰ ਜੋ ਵੀ ਉਹਨਾਂ ਦਾ ਪਲੈਨ ਵਗੈਰਾ ਉਹਦੇ ਵਿੱਚ ਉਹਨਾਂ ਦੀ ਹੈਲਪ ਕਰਨਾ। ਅਤੇ ਇੱਕ ਫੇਸਬੁੱਕ 'ਤੇ ਪੇਜ ਆ ਮਿਸ਼ਨ ਪੋਜ਼ਿਟਿਵ ਪਾਕਿਸਤਾਨ ਦੇ ਨਾਮ ਤੋਂ ਮੇਰਾ, ਅਤੇ ਮੇਰਾ ਮੇਨ ਇਹੀ ਮੋਟਿਵ ਹੈ ਕਿ ਮੈਂ ਵੀ ਟੂਰਿਸਟ ਨੂੰ ਪਾਕਿਸਤਾਨ ਆਉਣ ਵਾਸਤੇ ਆਸਾਨੀ ਪੈਦਾ ਕਰਾਂ ਅਤੇ ਇੱਥੇ ਕੋਈ ਹੋਸਟਲ ਐਸੀ ਚੀਜ਼ ਉਹਨਾਂ ਵਾਸਤੇ ਪਲੈਟਫਾਰਮ ਪ੍ਰੋਵਾਈਡ ਕਰਾਂ। ਜੀ ਸਰਦਾਰ ਜੀ, ਮੇਰਾ ਨਾਮ ਡਾਕਟਰ ਇਕਬਾਲ ਭੁੱਟ ਹੈ ਜੀ। ਮੈਂ 79 ਦੇ ਵਿੱਚ ਲਾਹੌਰ ਮਿਊਜ਼ੀਅਮ ਜੁਆਇਨ ਕੀਤਾ ਸੀ ਅਤੇ ਆਪਣੀ ਸਾਰੀ ਏਜ ਦੇ ਵਿੱਚ ਕਿਸੇ ਨਾ ਕਿਸੇ ਟਨਿਓਰ ਵਿੱਚ ਮੈਂ ਕਿਸੇ ਨਾ ਕਿਸੇ ਮਿਊਜ਼ੀਅਮ ਦਾ ਕਿਊਰੇਟਰ ਰਿਹਾ। ਨੈਸ਼ਨਲ ਮਿਊਜ਼ੀਅਮ ਕਰਾਚੀ ਦਾ ਸੁਪਰੀਟੈਂਡੈਂਟ ਰਿਹਾ ਅਤੇ ਸਨ 2000 ਦੇ ਵਿੱਚ ਜਿਹੜੀ ਤੁਹਾਡੀ ਕੈਨੇਡਾ 'ਚ ਨੁਮਾਇਸ਼ ਹੋਈ ਸੀ ਆਰਟ ਆਫ ਦੀ ਸਿੱਖ ਕਿੰਗਡਮ, ਉਹਦੇ 'ਚ ਅਗਸਟ ਸ਼ਿਫਟ ਦੀ ਮੈਂ ਪੇਂਟਿੰਗ ਲੈ ਕੇ ਗਿਆ ਸਾਂ ਸ਼ੇਰ ਸਿੰਘ ਦੀ ਬਣ ਜਾ ਜੀ। ਮੈਂ ਉੱਥੇ ਕੈਨੇਡਾ ਹੋਈ ਸਾਂ ਉਦੋਂ। ਲਓ ਜੀ, ਤਾਰੀਖ ਨਾਲ ਜੁੜੀਆਂ ਹੋਈਆਂ, ਟੂਰਿਜ਼ਮ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨਾਲ ਤੁਸੀਂ ਨੰਬਰ ਵਾਈਜ਼ ਜਿਹੜਾ ਗੱਲਬਾਤ ਸੁਣ ਰਹੇ ਹੋ। ਮੇਰਾ ਨਾਮ ਸੈਯਦ ਜ਼ੈਨੁਲ ਆਬਦੀਨ ਹੈ, ਮੈਂ ਟੂਰਿਸਟ ਦੇ ਮਹਿਕਮੇ ਵਿੱਚ ਅਕਾਊਂਟਿੰਗ ਕਲਰਕ ਹਾਂ ਅਤੇ ਸਟਾਫ ਵੈਲਫੇਅਰ ਹਾਲ ਦਾ ਮੈਂਬਰ ਹਾਂ। ਸ਼ਾਇਰੀ ਮੇਰਾ ਸ਼ੌਕ ਹੈ, 2011 ਤੋਂ ਸਟਾਫ ਵੈਲਫੇਅਰ ਹਾਲ ਵਿੱਚ ਮੈਂ ਮੁਸ਼ਾਇਰਾ ਅਟੈਂਡ ਕਰ ਰਿਹਾ ਅਤੇ ਨਾਲ ਸ਼ਾਇਰੀ ਵੀ ਕਰ ਰਿਹਾ। ਜੀ, ਮੇਰਾ ਨਾਮ ਸੁਲੇਮਾਨ ਅਲੀ ਹੈ, ਮੈਂ ਬੇਸਿਕਲੀ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਜੋ ਪੰਜਾਬ ਮੇਂ ਟੂਰਿਜ਼ਮ ਦੇਖਤੀ ਹੈ ਉਹਦੇ ਵਿੱਚ ਅਕਾਊਂਟੈਂਟ ਹਾਂ ਅਤੇ ਇਹਦੇ ਇਲਾਵਾ ਅਲੀ ਰਜ਼ਾ ਸਾਹਿਬ ਦਾ ਸਟੂਡੈਂਟ ਹਾਂ ਅਤੇ ਤੁਹਾਨੂੰ ਵੈਲਕਮ। ਬਹੁਤ ਸ਼ੁਕਰੀਆ ਜੀ। ਮੇਰਾ ਨਾਮ ਸ਼ੁਐਬ ਅਹਿਮਦ ਹਾਸ਼ਮੀ ਹੈ, ਮੈਂ ਇੱਥੇ ਲਾਹੌਰ ਹੀ ਰਹਿੰਦਾ ਅਤੇ ਮੈਂ ਇੱਕ ਇਦਾਰੇ ਅਲ ਖਿਦਮਤ ਫਾਊਂਡੇਸ਼ਨ ਉਹਦੇ ਮੀਡੀਆ ਡਿਪਾਰਟਮੈਂਟਲ ਮੁਨਸਲਿਕ ਹਾਂ। ਉਹਦੇ ਨਾਲ ਮੈਨੂੰ ਕੋਈ 17 ਸਾਲ ਹਸਨ ਅਬਦਾਲ ਰਹਿਣ ਦਾ ਮੌਕਾ ਮਿਲਿਆ ਉੱਥੇ ਪੰਜਾ ਸਾਹਿਬ, ਅਤੇ ਜੇ ਤੁਸੀਂ ਆਖੋ ਤਾਂ ਮੈਂ ਉਹ ਵਾਲੀ ਪੰਜਾਬੀ ਵੀ ਜਿਹੜੀ ਹੈ ਬੋਲ ਸਕਦਾ ਜੀ। ਐਗਜੈਕਟਲੀ ਐਗਜੈਕਟਲੀ ਅਤੇ ਜੀ ਜੀ ਕਾਫੀ ਕਾਫੀ ਅਲਫਾਜ਼ ਉਸਕੇ ਐਗਜੈਕਟਲੀ ਇੰਦਕੋ ਅਤੇ ਪੋਠਵਾਰੀ ਦੇ ਨੇੜੇ। ਅਤੇ ਬਹਰ ਅਸੀਂ ਸਾਰੇ ਸਮਝਦੇ ਹਾਂ ਜੀ ਕਿ ਪਾਕਿਸਤਾਨ ਜਿਹੜਾ ਹੈ ਉਹ ਇੱਕ ਟੂਰਿਜ਼ਮ ਵਾਸਤੇ ਇੱਕ ਬੜੀ ਮੁਫੀਦ ਅਦਾ ਅਤੇ ਬੜਾ ਇੱਕ ਬ੍ਰਾਈਟ ਫਿਊਚਰ ਹੈ। ਇਸ ਵਾਸਤੇ ਕਿ ਬੜੀ ਜ਼ਬਰਦਸਤ ਤਹਿਜ਼ੀਬਾਂ ਦੀ ਆਮਾਜ ਗਾ ਰਿਹਾ ਹੈ ਇੱਥੇ। ਜੈਨ ਅਲੀ ਰਜ਼ਾ ਸਾਹਿਬ ਇਸ ਤੋਂ ਪਹਿਲੇ ਵੀ ਗੱਲ ਕਰ ਰਹੇ ਸੀ ਕਿ ਇੱਥੇ ਬੁੱਧ ਮਤ ਵੀ, ਹਿੰਦੂ ਮਤ ਵੀ, ਜੈਨ ਮਤ ਵੀ, ਫਿਰ ਸਿੱਖ ਕਮਿਊਨਿਟੀ ਸਾਡੀ ਹੈ, ਉਹਨਾਂ ਦਾ ਇੱਕ ਬਹੁਤ ਜ਼ਬਰਦਸਤ ਇੱਥੇ ਇੱਕ ਕਲਚਰ ਇੱਥੇ ਬਿਖਰਿਆ ਹੋਇਆ ਅਤੇ ਅਸੀਂ ਸਾਰੇ ਹੀ ਬੜੇ ਪੋਜ਼ਿਟਿਵ ਹਾਂ ਇਸ ਸੈਂਸ 'ਚ ਕਿ ਅੱਲਾ ਕਰੇ ਕਿ ਅੱਗੇ ਵਧਣ, ਇਹ ਦੂਰੀਆਂ ਜਿਹੜੀਆਂ ਨੇ ਮੁੱਕਣ ਅਤੇ ਅਸੀਂ ਸਾਰੇ ਤੁਹਾਨੂੰ ਖੁਸ਼ ਆਮਦੀਦ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਠੀਕ ਹੈ ਜੀ, ਮੈਂ ਮੇਰਾ ਨਾਮ ਅਲੀ ਰਜ਼ਾ ਹੈ ਜੀ, ਔਰ ਬੜਾ ਮੁਸ਼ਕਿਲ ਕੰਮ ਹੈ ਪੰਜਾਬੀ ਬੋਲਣਾ, ਲੇਕਿਨ ਪੰਜਾਬੀ ਬੜੀ ਅੱਛੀ ਲੱਗਦੀ ਹੈ, ਖਾਸ ਤੌਰ 'ਤੇ ਕਿਉਂਕਿ ਬੈਰੀਅਰ ਖਤਮ ਕਰਦੀ ਹੈ, ਕਿਸੇ ਲੈਂਗੁਏਜ ਐਸੀ ਚੀਜ਼ ਹੈ ਜਿਹੜੀ ਬੈਰੀਅਰ ਖਤਮ ਕਰਦੀ ਹੈ ਨਾ ਦੋ ਲੋਕਾਂ ਦੇ ਦਰਮਿਆਨ। ਅਤੇ ਕੁਛ ਦਿਨਾਂ ਤੋਂ ਮੇਰੇ ਘਰ ਹੀ ਮਹਿਸੂਸ ਕੀਤਾ ਜਾ ਰਿਹਾ ਕਿ ਮੈਂ ਪੰਜਾਬੀ ਜ਼ਿਆਦਾ ਇਸਤੇਮਾਲ ਕਰ ਰਿਹਾ, ਔਰ ਇਹਦੀ ਵਜ੍ਹਾ ਇਹ ਹੈ ਕਿ ਕੁਛ ਦਿਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਜਿਹੜੇ ਸਿੱਖ ਦੋਸਤ ਆਏ ਨੇ ਮੁਖਤਲਿਫ ਮੁਲਕਾਂ 'ਚ ਪੂਰੀ ਦੁਨੀਆ ਤੋਂ, ਉਹਨਾਂ ਨੂੰ ਖੁਸ਼ ਆਮਦੀਦ ਵੀ ਕਹੀਏ, ਉਹਨਾਂ ਨਾਲ ਮਿਲੀਏ ਵੀ, ਔਰ ਉਹਨਾਂ ਨਾਲ ਮੁਸਤਕਬਲ 'ਚ ਇਨਸ਼ਾਅੱਲਾ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਉਹਦੇ ਬਾਰੇ 'ਚ ਕੋਈ ਲਾਇਆ ਅਮਲ ਬਣਾਈਏ, ਕੋਈ ਤਜਾਵੀਜ਼ ਬ੍ਰੇਨ ਸਟਾਰਮਿੰਗ ਜਿਹਨੂੰ ਕਹਿੰਦੇ ਨੇ ਉਹ ਵੀ ਕਰੀਏ। ਅਤੇ ਅੱਜ ਮੈਂ ਖੁਸੂਰ ਖੁਸ਼ ਆਮਦੀਦ ਕਹਾਂਗਾ ਡਾਕਟਰ ਦਲਵੀਰ ਸਾਹਿਬ ਨੂੰ, ਉਹਨਾਂ ਦੇ ਦੋਸਤਾਂ ਨੂੰ, ਔਰ ਰਹਿਲਾ ਇੰਟਰਨੈਸ਼ਨਲ ਸਾਡੀ ਕੰਪਨੀ ਹੈ ਟੂਰਿਜ਼ਮ ਦੀ, ਜਿਹੜੀ ਖਾਸ ਤੌਰ 'ਤੇ ਰਿਲੀਜੀਅਸ ਟੂਰਿਜ਼ਮ 'ਤੇ ਫੋਕਸ ਕਰ ਰਹੀ ਹੈ। ਅਕੈਡੈਮਿਕ ਐਕਟੀਵਿਟੀਜ਼ ਵੀ ਕਰਾਉਂਦੀ ਹੈ, ਸਿੰਪੋਜ਼ੀਅਮ ਅਸੀਂ ਪਹਿਲਾਂ ਪਾਕਿਸਤਾਨ ਦਾ ਕਰਾਇਆ ਪੰਜਾਬ ਯੂਨੀਵਰਸਿਟੀ 'ਚ ਕੁਛ ਅਰਸਾ ਪਹਿਲੇ, ਹੁਣ ਇੱਕ ਇਰਾਦਾ ਹੈ ਕਿ ਇੰਟਰਨੈਸ਼ਨਲ ਕਾਨਫਰੰਸ ਰਿਲੀਜੀਅਸ ਟੂਰਿਜ਼ਮ 'ਤੇ ਕਰਾਈਏ ਜਨਵਰੀ 'ਚ। ਅਤੇ ਬਹੁਤ ਸ਼ੁਕਰੀਆ ਜੀ। ਜੀ ਮੈਨੂੰ ਤਾਂ ਤੁਸੀਂ ਜਾਣਦੇ ਹੋ, ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਪਿਛਲੇ ਲਾਸਟ 10 ਈਅਰਸ ਤੋਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸਿੱਖ ਹਿਸਟਰੀ ਦੇ ਉੱਤੇ ਕੰਮ ਕਰ ਰਹੇ ਹਾਂ, ਔਰ ਬੇਸਿਕ ਕੁਆਲੀਫਿਕੇਸ਼ਨ ਜਿਹੜੀ ਹੈ ਮਾਸਟਰ ਹਿਸਟਰੀ ਦੇ 'ਚ ਹੈ, ਔਰ ਬਹੁਤ ਜ਼ਿਆਦਾ ਤਾਂ ਨਹੀਂ ਲੇਕਿਨ ਹੈ ਕਿ ਤਕਰੀਬਨ 164 ਲੈਕਚਰ ਜਿਹੜੇ ਨੇ ਮੇਰੇ ਇੰਟਰਨੈਸ਼ਨਲ ਨਾਲ ਡਿਲੀਵਰ ਕੀਤੇ ਨੇ USA ਤੋਂ ਲੈ ਕੇ ਆਸਟ੍ਰੇਲੀਆ ਤੱਕ, ਔਰ ਅੱਜ ਕੱਲ੍ਹ ਮੈਂ ਰੇਡੀਓ ਵਾਇਸ ਆਫ ਪੰਜਾਬ USA ਹੂਸਟਨ ਟੈਕਸਿਸ ਨਾਲ ਕਰ ਰਿਹਾ, ਔਰ ਰੇਡੀਓ ਸਾਡੇ ਵਾਲਾ ਫਰੋਮ ਨਿਊਜ਼ੀਲੈਂਡ, ਔਰ ਆਸਟ੍ਰੇਲੀਆ ਤੋਂ ਰੇਡੀਓ ਵਾਇਸ ਆਫ ਖਾਲਸਾ, ਅਤੇ ਆਪਣਾ ਤੁਹਾਡਾ ਹੋਸਟ ਸ਼ਾਹਿਦ ਸ਼ਬੀਰ ਦੇ ਵੀ ਬਿਲਕੁਲ ਪੇਜਿਸ ਤੋਂ ਜਿਹੜਾ ਚੱਲ ਰਿਹਾ
ਮੈਨੂੰ ਬਹੁਤ ਵਧੀਆ ਲੱਗਾ ਕਿ ਅੱਜ ਇਹ ਡਿਫਰੈਂਟ ਸਾਡੀ ਕੈਟਾਗਰੀ ਦੇ ਜਿਹੜੇ ਲੋਕ ਨੇ ਉਹ ਬੈਠੇ ਹੋਏ ਨੇ, ਉਹਨਾਂ ਦੇ ਸਾਰਿਆਂ ਦੇ ਸ਼ੌਕ ਜਿਹੜੇ ਨੇ ਵੱਖੋ ਵੱਖ ਨੇ, ਲੇਕਿਨ ਇੱਕ ਡਾਇਸਪੋਰਾ ਦੇ ਉੱਤੇ ਸਿਰਫ ਪੰਜਾਬੀ ਵਾਸਤੇ ਇਕੱਠੇ ਨੇ, ਪੰਜਾਬੀ ਕਲਚਰ ਐਂਡ ਹੈਰੀਟੇਜ ਵਾਸਤੇ ਇਕੱਠੇ ਨੇ, ਟੂਰਿਜ਼ਮ ਵਾਸਤੇ ਇਕੱਠੇ ਨੇ। ਮੈਂ ਕਹਿੰਦਾ ਵਾਂ ਕਿ ਮੈਨੂੰ ਬਹੁਤ ਬਹੁਤ ਹੀ ਵਧੀਆ ਲੱਗ ਰਿਹਾ, ਕਿਉਂਕਿ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਮੈਂ ਵੀ ਛੋਟੇ ਛੋਟੇ ਟ੍ਰਿਪ ਜਿਹੜੇ ਨੇ ਔਰਗਨਾਈਜ਼ ਕਰਦਾ ਹਾਂ, ਔਰ ਉਹਦੇ ਵਿੱਚ ਹੀ ਪੰਜਾਬੀ ਸੰਗਤ ਵੱਲੋਂ ਆਲ ਓਵਰ ਦੀ ਵਰਲਡ ਮੈਨੂੰ 12 ਗੋਲਡ ਮੈਡਲ ਮੇਰੀ ਨੈੱਕ ਦੇ ਵਿੱਚ ਪਾਏ ਗਏ ਨੇ। ਅਤੇ ਦੂਸਰਾ ਇਹ ਵੇ ਕਿ ਜੋ ਚਾਹ ਰਿਹਾ ਸਾਂ ਮੈਂ, ਉਹ ਤਾਂ ਆਲਰੇਡੀ ਇੱਕ ਵੱਡੀ ਟੀਮ ਲਾਹੌਰ ਦੇ ਵਿੱਚ ਕੰਮ ਕਰ ਰਹੀ ਹੈ, ਜਿਸ ਤਰ੍ਹਾਂ ਕਿ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਹੁਣ ਡਾਕਟਰਸ ਵੀ ਮੌਜੂਦ ਨੇ, ਲਾਇਬ੍ਰੇਰੀਅਨ ਵੀ ਮੌਜੂਦ ਨੇ, ਸਾਡੇ ਕੋਲ ਮੈਡੀਕਲ ਅਸਿਸਟੈਂਟ ਵੀ ਨੇ, ਔਰ ਉਸ ਤੋਂ ਬਾਅਦ ਟੀਚਰਸ ਬਹੁਤ ਅੱਛੇ ਬਣ ਗਏ ਨੇ, ਜਿਹੜੇ ਕਿ ਖਾਲਸਾ ਪੰਥ ਦੇ ਵਿੱਚੋਂ ਜਿਹੜੇ ਕਿ ਅਸੀਂ ਦੇਖਣਾ ਚਾਹ ਰਹੇ ਸੀ। ਕਹਿ ਲਵੋ ਤੁਸੀਂ ਕਿ ਅਗਰ ਰੇਂਜਰਸ ਦੇ ਅੰਦਰ ਨੇ ਉੱਥੇ ਵੀ ਮੌਜੂਦ ਨੇ, ਟ੍ਰੈਫਿਕ ਵਿੱਚ ਤਾਂ ਉੱਥੇ ਵੀ ਮੌਜੂਦ ਨੇ, ਆਮ ਪੁਲਿਸ ਦੇ ਵਿੱਚ ਵੀ ਨੇ, ਔਰ ਮੋਟਰਵੇ ਪੁਲਿਸ ਦੇ ਵਿੱਚ ਵੀ ਨੇ। ਅਤੇ ਦੈਟਸ ਗ੍ਰੇਟ ਕਿ ਹੁਣ ਅਸਿਸਟ ਕਰ ਰਹੇ ਨੇ ਗਵਰਨਰ ਹਾਊਸ ਦੇ ਵਿੱਚ ਗਵਰਨਰ ਸਾਹਿਬ ਨੂੰ, ਅਤੇ ਉਹ ਵੀ ਨੇ। ਫਿਰ ਉਸ ਤੋਂ ਬਾਅਦ ਮਤਲਬ ਕਿ ਇੱਕ ਇਸ ਵੇਲੇ ਇੱਕ ਬਿਲਕੁਲ ਸੌਫਟ ਪਾਥ ਜਿਹੜਾ ਬਿਲਕੁਲ ਪੂਰਾ ਤਿਆਰ ਹੋ ਚੁੱਕਿਆ, ਔਰ ਪੂਰੀ ਸਾਡੀ ਜਿਹੜੀ ਕੌਮ ਹੈ ਪਾਕਿਸਤਾਨ ਦੀ ਉਹ ਰੈਡੀ ਹੈ ਫੋਰ ਹੋਸਪਿਟੈਲਿਟੀ। ਇਹਦੇ ਮਤਲਬ ਡਾਕਟਰ ਸਾਹਿਬ ਵੀ ਦੱਸਣਗੇ ਕਿ ਉਹਨਾਂ ਦੇ ਕੀ ਐਕਸਪੀਰੀਅੰਸਿਸ ਰਹੇ ਨੇ, ਕਿਉਂਕਿ ਇਹ ਲਾਹੌਰ ਤੋਂ ਪੰਜਾਬ ਤੋਂ ਹੁੰਦੇ ਹੋਏ ਕੈਪੀਟਲ ਦੇ ਵਿੱਚ ਵੀ ਗਏ, ਔਰ ਉੱਥੇ ਜਾ ਕੇ ਇਹਨਾਂ ਨੇ ਬਹੁਤ ਕੁਛ ਐਸਾ ਨਿਆ ਐਕਸਪੀਰੀਅੰਸ ਕੀਤਾ ਜਿਹੜਾ ਕਿ ਪਹਿਲੇ ਸ਼ਾਇਦ ਘੱਟ ਸਿੰਘਾਂ ਨੂੰ ਦੇਖਣ ਨੂੰ ਮਿਲਿਆ ਹੋਏਗਾ। ਔਰ ਉਮੀਦ ਕਰਦਾ ਹਾਂ ਕਿ ਇਹ ਸਾਡੀ ਜਿਹੜੀ ਗੱਲਬਾਤ ਹੈ ਇਹਦੀ ਇਹਦੇ ਤੋਂ ਬਾਅਦ ਜਿੰਨਾ ਕਿ ਜਿਸ ਤਰ੍ਹਾਂ ਲੋਕਾਂ ਨੇ ਆਪਣੇ ਆਪਣੇ ਐਕਸਪੀਰੀਅੰਸ ਥੋੜ੍ਹੇ ਥੋੜ੍ਹੇ ਭਾਵੇਂ ਦੋ ਦੋ ਲਾਈਨਾਂ ਹੀ ਬੋਲੀਆਂ ਹੋਣ, ਉਹਦੇ 'ਚ ਉਹਨਾਂ ਹੀ ਦੱਸਿਆ, ਮੈਂ ਇਹੀ ਦੱਸਾਂਗਾ ਕਿ ਅਗਰ ਦਸਮ ਪਿਤਾ ਦੀ ਦਸਵੇਂ ਪਾਤਸ਼ਾਹ ਦੀ ਦਿੱਤੀ ਹੋਈ ਜਿਹੜੀ ਦਸਤਾਰ ਹੈ ਤੁਹਾਡੀ, ਔਰ ਤੁਹਾਡੀ ਜਿਹੜੀ ਇਹ ਕੇਸ ਦਾੜੀ ਹੈ, ਅਗਰ ਤੁਸੀਂ ਉਹਦੀ ਕੋਈ ਵੈਲਿਊ ਦੇਖਣਾ ਚਾਹੁੰਦੇ ਹੋ, ਤਾਂ ਮੇਰੀ ਤੁਹਾਡੇ ਤੋਂ ਇੱਕ ਵਾਰੀ ਜਿਹੜੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਆ ਕੇ ਆਪਣੀ ਉਸ ਦਸਤਾਰ ਦੀ, ਆਪਣੀ ਉਸ ਦਾੜੀ ਦੀ, ਆਪਣੀ ਉਸ ਰੂਪ ਦੀ ਜਿਹੜਾ ਕਿ ਤੁਹਾਨੂੰ ਦਸਮ ਪਾਤਸ਼ਾਹ ਨੇ ਬਖਸ਼ਿਆ, ਔਰ ਜਿਹੜਾ ਖਾਲਸਾ ਪੰਥ ਦੁਨੀਆ ਦੇ ਸਾਹਮਣੇ ਆਇਆ, ਜਿਹਦੀ ਕਿ ਇੱਕ ਨਵੇਕਲੀ ਸੂਰਤ ਜਿਹੜੀ ਹੈ, ਬਹੁਤ ਪੁਰਾਣੀ ਨਹੀਂ ਹੈ, ਲੇਕਿਨ ਜੋ ਉਹਨਾਂ ਨੇ ਕਾਰਨਾਮੇ ਕੀਤੇ ਨੇ ਉਹ ਇੱਕ ਵਾਰੀ ਸਾਨੂੰ ਵੀ ਕਈ ਵਾਰੀ ਜਿਹੜੀ ਹੈ ਥੋੜ੍ਹੀ ਜਿੰਨੀ ਸ਼ਰਮ ਮਹਿਸੂਸ ਹੁੰਦੀ ਹੈ, ਜਿੱਦਾਂ ਕਿ ਬਰਮਾ ਨੂੰ ਲੈ ਕੇ, ਜਿੱਦਾਂ ਕਿ ਇਰਾਕ ਨੂੰ ਲੈ ਕੇ, ਸ਼ਾਮ ਨੂੰ ਲੈ ਕੇ, ਜਿਸ ਤਰ੍ਹਾਂ ਸੋਮਾਲੀਆ ਨੂੰ ਲੈ ਕੇ, ਔਰ ਹਾਲੀਆ ਵਾਕਿਆ ਜਿਹੜਾ ਕਸ਼ਮੀਰ ਦਾ ਹੋਇਆ ਉਹਦੇ ਨਾਲ ਲੈ ਕੇ, ਮੈਂ ਕਹਿੰਦਾ ਵਾਂ ਕਿ ਆਈ ਐਮ ਰੀਅਲੀ ਰੀਅਲੀ ਵੈਰੀ ਇੰਸਪਾਇਰਡ ਫਰੋਮ ਆ ਖਾਲਸਾ ਏਟ। ਅਤੇ ਔਲਵੇਸ ਸਪੋਰਟ, ਜਦੋਂ ਵੀ ਉਹਨਾਂ ਦੀ ਕੋਈ ਮਦਦ ਦੀ ਲੋੜ ਹੁੰਦੀ ਅਸੀਂ ਆਪਾਂ ਉਹਨਾਂ ਨੂੰ ਕਰਦੇ ਹਾਂ, ਲੇਕਿਨ ਇਸ ਵੇਲੇ ਅਸੀਂ ਪੂਰੀਆਂ ਸੰਗਤਾਂ ਨੂੰ ਦੁਨੀਆ ਦੇ ਵਿੱਚ ਬੈਠੀਆਂ ਹੋਈਆਂ ਕੁੱਲ ਸੰਗਤਾਂ ਨੂੰ ਬਾਬਾ ਜੀ ਦੇ 550 ਸਾਲਾ ਗੁਰੂ ਪੁਰਬ ਆਗਮਨ ਪੂਰਵ ਦੀਆਂ ਲੱਖੋ ਲੱਖ ਵਧਾਈਆਂ ਦਿੰਦੇ ਹਾਂ। ਔਰ ਦੂਸਰੀ ਵਧਾਈ ਜਿਹੜੀ ਹੈ ਉਹ ਸਾਡਾ ਸੀ ਬਹੁਤ ਦਰੀਨਾ ਮਿਸ਼ਨ ਸੀਗਾ, ਜਿਹਦੇ ਵਿੱਚ ਆਪਾਂ ਦਰਬਾਰ ਸਾਹਿਬ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਦੇ ਸਾਂ, ਉਹਦੀ ਮੀਟਿੰਗ ਆਪਾਂ USA 'ਚ ਵੀ ਡਾਕਟਰ ਸਾਹਿਬ ਦੇ ਨਾਲ ਜਾ ਕੇ ਅਟੈਂਡ ਕਰਕੇ ਆਏ, ਅਤੇ ਉਹ ਜਿਹੜਾ ਇੱਕ ਖੁਆਬ ਸੀ ਉਹ ਇੱਕ ਹਕੀਕਤ ਵਿੱਚ ਬਦਲ ਗਿਆ। ਤੁਸੀਂ ਮੇਰੇ ਰਾਹੀਂ ਬਹੁਤ ਜ਼ਿਆਦਾ ਸਾਰੀ ਵੀਡੀਓਜ਼ ਵੀ ਦੇਖੀਆਂ, ਟਾਈਮ ਬਾਏ ਟਾਈਮ 8 ਸਾਲਾਂ ਦੇ ਵਿੱਚ ਦਰਬਾਰ ਸਾਹਿਬ ਕਿੱਥੋਂ ਕੀ ਬਣ ਗਿਆ, ਹੁਣ ਤਾਂ ਵਾਕਈ ਹੀ ਦਰਬਾਰ ਸਾਹਿਬ ਕਹਿਣ ਨੂੰ ਪੂਰਾ ਦਿਲ ਕਰਦਾ, ਕਿਉਂਕਿ ਉਸ ਵੇਲੇ ਤਾਂ ਸਿਰਫ ਇੱਕ ਬਿਲਡਿੰਗ ਤੁਹਾਨੂੰ ਨਜ਼ਰ ਆਉਂਦੀ ਸੀ, ਉਹਦੇ ਵਿੱਚ ਆਪਾਂ ਕਿੰਨਾ ਸੋਹਣਾ ਲੱਗਦਾ ਸੀ, ਲੇਕਿਨ ਮੈਂ ਕਹਿੰਦਾ ਅਮੇਜ਼ਿੰਗ, ਦੈਟਸ ਅਮੇਜ਼ਿੰਗ। ਔਰ ਆਪਾਂ ਗੱਲ ਕਰਾਂਗੇ ਥੋੜ੍ਹੀ ਦੇਰ ਬਾਅਦ ਡਾਕਟਰ ਦਲਵੀਰ ਸਿੰਘ ਪਨੂੜ ਜੀ ਨਾਲ। ਰੱਬ ਰੱਖਾ।